ਹੈਲੋ, ਸਤਿ ਸ਼੍ਰੀ ਅਕਾਲ ਮੰਮੀ। ਸਤਿ ਸ਼੍ਰੀ ਅਕਾਲ, ਠੀਕ ਹੈ ਪੁੱਤ? ਹਾਂ ਹਾਂ ਮੰਮੀ, ਮੈਂ ਤਾਂ ਠੀਕ ਹਾਂ, ਤੁਸੀਂ ਦੱਸੋ? ਠੀਕ ਹਾਂ ਬਸ, ਜਿਹੜੀ ਨੇ ਫੋਨ ਲਾ ਲਿਆ, ਤੂੰ ਨਾ ਫੋਨ ਲਾਇਆ ਕਰ ਇੱਧਰੋਂ। ਓਹੋ ਮੰਮੀ, ਕੰਮਾਂ ਕਾਰਾਂ 'ਚ ਇੰਨੀ ਬਿਜ਼ੀ ਹੁੰਦੀ ਹਾਂ ਨਾ, ਤੈਨੂੰ ਪਤਾ ਘਰੇ ਹੋਰ ਕੋਈ ਹੈ ਨਹੀਂ ਕੰਮ ਕਰਨ ਵਾਲਾ। ਅੱਛਾ, ਹੋਰ ਸਾਰਾ ਪਰਿਵਾਰ ਠੀਕ ਹੈ? ਹਾਂਜੀ ਮੰਮੀ, ਠੀਕ ਨੇ ਸਾਰੇ। ਕੱਲੀ ਤਾਂ ਹੈਗੀ ਆ ਪੁੱਤ, ਮਾਂ ਨੂੰ ਵੀ ਯਾਦ ਕਰ ਲਿਆ ਕਰੋ। ਤੁਸੀਂ ਤਾਂ ਜਮਾਂ ਹੀ ਐਂ ਕਹਿਤਾ ਵੀ ਬਸ ਕੇਰਾਂ ਵਿਆਹ ਕੇ ਕੀ ਤੋਰਤਾ ਤੈਨੂੰ, ਭੁੱਲ ਹੀ ਗਈ ਤੂੰ ਤਾਂ ਮੈਨੂੰ। ਲੈ ਮੰਮੀ, ਮਾਵਾਂ ਕਦੇ ਭੁੱਲਦੀਆਂ ਹੁੰਦੀਆਂ ਨੇ, ਮੈਂ ਕਦੋਂ ਭੁੱਲੀ ਆ ਤੈਨੂੰ? ਹਾਂ ਮੈਨੂੰ ਤਾਂ ਲੱਗਦਾ ਭਾਈ ਭੁੱਲ ਗਈ, ਉਧਰੋਂ ਤਾਂ ਇਹ ਦੋਨੇ ਭਰਾ ਅੱਡ ਹੋ ਗਏ, ਉਧਰੋਂ ਤੂੰ ਨਹੀਂ ਯਾਦ ਕਰਦੀ। ਮੈਨੂੰ ਤਾਂ ਭਾਈ ਬਾਲੀਆਂ ਚੜ੍ਹਦੀਆਂ ਉਤਰਦੀਆਂ, ਦਿਮਾਗ ਨੂੰ ਵੀ ਪਤਾ ਨਹੀਂ ਕਿਉਂ ਮੇਰੀ ਲਾਦ ਇਹੋ ਜਿਹੀ ਨਿਕਲ ਗਈ ਵੀ ਮਾਂ ਹੀ ਨਹੀਂ ਯਾਦ ਆਉਂਦੀ ਇਹਨਾਂ ਨੇ ਤਾਂ। ਬਸ ਮੰਮੀ, ਤਾਂ ਹੀ ਤਾਂ ਮੇਰਾ ਨਿੱਜੀ ਕਰਦਾ ਉਹਨੂੰ। ਤੇਰਾ ਜੀ ਤਾਂ ਨਹੀਂ ਕਰਦਾ ਪੁੱਤ, ਮੈਂ ਤਾਂ ਉਡੀਕਦੀ ਹਾਂ। ਤੂੰ ਮੇਰੇ ਕੰਨੀ ਤਾਂ ਵੇਖ ਲਿਆ ਕਰ ਵੀ ਮੇਰੀ ਮਾਂ ਜਿਉਂਦੀ ਬੈਠੀ ਆ, ਜਿੰਨਾ ਚਿਰ ਓਨਾ ਚਿਰ ਤਾਂ ਆ ਜਦੋਂ ਭਾਈ ਮੈਂ ਮਰ ਗਈ, ਉਦੋਂ ਬਾਅਦ ਜਿਹੋ ਜਿਹਾ ਤੇਰੇ ਨਾਲ ਵਰਤਣਗੇ ਉਹੋ ਜਿਹਾ ਜੀ। ਮੰਮੀ ਤੂੰ ਇਹੋ ਜਿਹੀ ਗੱਲਾਂ ਕਿਉਂ ਕਰਦੀ ਹੁੰਨੀ ਆ, ਨਾਲੇ ਮੇਰਾ ਚਿੱਤ ਖਰਾਬ ਕਰਦੀ ਆ, ਨਾਲੇ ਤੈਨੂੰ ਕਿਉਂ ਕੁਛ ਹੋਵੇ? ਹੋਰ ਪੁੱਤ ਫਿਰ ਮੈਂ ਕੀ ਕਰਾਂ, ਜੇ ਉਧਰ ਜਾਨੀ ਆ ਤਾਂ ਉਹਨਾਂ ਨੂੰ ਸੁੰਡਗਾ ਚੜਿਆ ਰਹਿੰਦਾ, ਜੇ ਇੱਧਰ ਆ ਤਾਂ ਇਹ ਆਪਦੇ ਕੰਮਾਂ 'ਚ ਵੀ ਚੱਲ ਬੁੜੀ ਬੈਠੀ ਆ ਬੈਠੀ ਰਹਿਣ ਦੇ। ਮੈਂ ਤਾਂ ਤੇਰੀ ਉਡੀਕ ਹੀ ਕਰਦੀ ਹਾਂ ਵੀ ਜੇ ਮੇਰੀ ਧੀ ਆਵੇ ਤਾਂ ਆਪਦੀ ਧੀ ਨਾਲ ਕੋਈ ਦੁੱਖ ਸੁੱਖ ਕਰਾਂ। ਮੰਮੀ ਮੇਰਾ ਤਾਪਮਾਨ ਦੁਖੀ ਹੁੰਦਾ, ਕਿੱਥੇ ਤਾਂ ਇਕੱਠੇ ਸੀਗੇ, ਇੱਕ ਘਰ 'ਚ ਮਿਲ ਕੇ ਚਲੀ ਜਾਂਦੀ ਸੀ, ਕਿਤੇ ਹੁਣ ਦੋਨੇ ਭਰਾ ਅੱਡ ਅੱਡ ਹੋ ਗਏ ਤਾਂ ਅੱਡ ਅੱਡ ਘਰਾਂ 'ਚ ਜਾਣਾ ਪੈਂਦਾ। ਤਾਂ ਹੀ ਤਾਂ ਤੈਨੂੰ ਕਹਿੰਦੀ ਹਾਂ ਪੁੱਤ ਵੀ ਤੂੰ ਆ ਜਾਏਗੀ, ਮੈਂ ਤੇਰੇ ਨਾਲ ਚਾਰ ਗੱਲਾਂ ਕਰ ਲੂੰਗੀ। ਮਨ ਤਾਂ ਮੇਰਾ ਵੀ ਬਥੇਰਾ ਦੁਖੀ ਹੁੰਦਾ, ਕਿਹੜੀ ਮਾਂ ਕਹਿੰਦੀ ਹੁੰਦੀ ਆ ਵੀ ਮੇਰੇ ਪੁੱਤ ਅੱਡੋ ਅੱਡੀ ਹੋ ਜਾਣ। ਮਾਂ ਪਿਓ ਤਾਂ ਆਈ ਚਾਹੁੰਦਾ ਹੁੰਦਾ ਵੀ ਆਈ ਇਕੱਠ ਬਣਿਆ ਰਹੇ ਤੇ ਆਈ ਹੱਸਦਾ ਖੇਡਦਾ ਪਰਿਵਾਰ ਰਹੇ। ਬਾਕੀ ਤੈਨੂੰ ਪਤਾ ਪੁੱਤ, ਜਦੋਂ ਵਿਆਹੇ ਜਾਂਦੇ ਆ ਉਦੋਂ ਬਦਲ ਜਾਂਦੇ ਆ ਪੁੱਤ ਵੀ। ਹੋਰ ਮੰਮੀ, ਚੱਲ ਕੋਈ ਨਾ, ਇਹ ਆਉਂਦੇ ਆ ਡਿਊਟੀ ਤੋਂ, ਤੇ ਇਹਨਾਂ ਨਾਲ ਗੱਲ ਕਰਕੇ ਨਾ ਫਿਰ ਮੈਂ ਦੱਸ ਦੂੰਗੀ ਤੈਨੂੰ ਆਉਣ ਬਾਰੇ। ਹੈ ਹਾਂ ਪੁੱਤ, ਆ ਜੀ ਤੂੰ ਜ਼ਰੂਰ। ਚੰਗਾ, ਜ਼ਰੂਰ ਮਿਲ ਕੇ ਜਾਊਂਗੀ ਮਾਂ ਤੈਨੂੰ ਮੈਂ। ਹਾਂ ਪੁੱਤ, ਚੰਗਾ। ਮੰਮੀ ਮੈਂ ਇਹ ਕਹਿੰਦੀ ਸੀ, ਤੈਨੂੰ ਪਤਾ ਜਦੋਂ ਆਪਾਂ ਨਵਾਂ ਘਰ ਪਾਇਆ ਸੀ, ਪਾਠ ਕਰਾਇਆ ਸੀ, ਵੀਡੀਓ ਹਜੇ ਤਾਂ ਆਈ ਨਹੀਂ ਹੈਗੀ ਸੀ, ਤੈਨੂੰ ਪਤਾ ਆਪਸ ਵਿੱਚ ਬੋਲਦੇ ਨਹੀਂ ਹੈਗੇ ਸੀ, ਤੇ ਮੈਂ ਇਹਨਾਂ ਵਾਸਤੇ ਕੱਪੜਾ ਲੀੜਾ ਲਿਆਵਾਂ। ਹਾਂ ਲਿਆਈ ਪੁੱਤ, ਕੋਈ ਨਹੀਂ, ਠੀਕ ਆ ਮਾਂ। ਹਾਂ ਜਿਵੇਂ ਤੈਨੂੰ ਲੋਟ ਲੱਗਦਾ ਤੂੰ ਆਪਦੇ ਭੈਣ ਭਰਾਵਾਂ ਨਾਲ ਜਿਵੇਂ ਵਰਤਣਾ ਉਵੇਂ ਵਰਤ ਲੈ ਖੁਸ਼ ਹੋ ਕੇ। ਠੀਕ ਹੈ ਮੰਮੀ। ਹਾਂ ਤੈਨੂੰ ਤਾਂ ਪੁੱਤ ਦੋਨੇ ਇੱਕੋ ਜਿਹੇ ਹੈ। ਹਾਂ ਮੰਮੀ, ਮੈਨੂੰ ਤਾਂ ਦੋਨੇ ਇੱਕੋ ਜਿਹੇ। ਹਾਂ ਤੂੰ ਨਾ ਕਿਸੇ ਗੱਲੋਂ ਵੀ ਫਰਕ ਪਾਈ ਇਹਨਾਂ ਵਿੱਚ, ਤੇ ਬਸ ਤੈਨੂੰ ਤਾਂ ਤੂੰ ਤਾਂ ਇਕੱਲੀ ਭੈਣ ਆ ਇਹਨਾਂ ਦੀ ਭਾਈ। ਚੱਲ ਜਿਹੋ ਜਿਹਾ ਤੈਨੂੰ ਸਮਝਣਗੇ ਠੀਕ ਹੈ, ਹਨਾ, ਜਿਹੋ ਜਿਹਾ ਆਉਣ ਜਾਣਗੇ ਠੀਕ ਹੈ। ਬਾਕੀ ਮੇਰਾ ਤਾਂ ਜਿਹੜਾ ਹੈਗਾ ਮਾਂ ਪਿਓ ਦਾ, ਉਹ ਤਾਂ ਮੈਂ ਤਾਂ ਭਾਈ ਤੇਰੇ ਕੋਲ ਆਉਣਾ ਜਾਣਾ ਹੀ ਆ ਹੁਣ, ਤੇ ਹਾਂ ਤੈਨੂੰ ਨਾ ਪਰ ਐਂ ਕਹਿਣ ਵੀ ਭੈਣ ਕਿਸੇ ਗੱਲੋਂ ਫਰਕ ਕਰਦੀ ਆ ਸਾਡੇ ਨਾ। ਨਾ ਮੰਮੀ, ਮੈਂ ਭਰਾਵਾਂ 'ਚ ਕਿਉਂ ਫਰਕ ਕਰੂੰਗੀ ਆਪਦਿਆਂ 'ਚ। ਹਾਂ ਠੀਕ ਹੈ ਪੁੱਤ, ਹਾਂ ਆ ਜੀ, ਚੱਲ ਚੰਗਾ ਪੁੱਤ। ਵਿਚਾਰੀ ਮੇਰੀ ਮਾਂ, ਇਹ ਵੀ ਕਿੰਨੀ ਦੁਖੀ ਆ, ਦੋਨਾਂ ਭਰਾਵਾਂ ਦੀ ਲੜਾਈ ਨੇ ਨਾ ਮੇਰੀ ਮਾਂ ਨੂੰ ਵੀ ਵੰਡਤਾ, ਇਹਨਾਂ ਨੇ ਤਾਂ ਸਾਡੇ ਬਾਰੇ ਵੀ ਨਹੀਂ ਸੋਚਿਆ, ਨਾ ਸਾਡਾ ਕੀ ਕਸੂਰ ਸੀ, ਲੜੇ ਤਾਂ ਆਪ ਸੀ, ਨਾਲੇ ਅੱਡ ਹੋਣ ਦੀ ਕੀ ਲੋੜ ਸੀਗੀ। ਹੁਣ ਤਾਂ ਮਾਂ ਕੋਲ ਜਾ ਕੇ ਆਉਂਗੀ, ਵਿਚਾਰੀ ਕਿੰਨੀ ਦੁਖੀ ਹੁੰਦੀ ਆ, ਇਹਨਾਂ ਨਾਲ ਗੱਲ ਕਰਦੀ ਹਾਂ ਵੀ ਮੈਨੂੰ ਛੱਡ ਕੇ ਆਉਣ, ਦੋ ਚਾਰ ਦਿਨ ਲਾ ਕੇ ਆਉਂਗੀ ਹੁਣ ਮੈਂ। ਸਾਰਾ ਦਿਨ ਖਰਾਬ ਕਰਤਾ, ਇੰਨਾ ਵਧੀਆ ਮੌਸਮ ਸੀ, ਜਵਾਕਾਂ ਨੂੰ ਵੀ ਅੱਜ ਕਿਹਾ ਸੀ ਖੇਡ ਲਓ ਖੇਡ ਲਓ ਖੇਡ ਲਓ, ਫੋਨ ਚੱਕ ਕੇ ਆ ਜਾਣਗੇ, ਨਾ ਖੇਡਦੇ ਆ ਫੋਨਾਂ ਨੇ ਪੱਟਦੇ ਜਵਾਕ। ਕਿੰਨਾ ਸਮਝਾਉਣਾ ਜਵਾਕਾਂ ਨੂੰ ਵੀ ਫਿਜ਼ੀਕਲ ਐਜੂਕੇਸ਼ਨ ਜ਼ਰੂਰੀ ਆ ਸਿਹਤ ਵਾਸਤੇ। ਉਹ ਮਨਿੰਦਰ ਲਿਆ ਪਾਣੀ, ਕੀ ਕਰਨ ਲੱਗ ਗਈ ਕੀ ਗੱਲ, ਉਹ ਗੱਲ ਹੀ ਬੋਲੀ ਜਾਂਦੇ ਆ। ਬੋਲਾਂ ਨਾ, ਆ ਜਵਾਕਾਂ ਦੀ ਗੱਲ ਕਰਦਾ, ਸਕੂਲ 'ਚ ਬੁਲਾਏ ਸੀ ਅੱਜ ਖੇਡਣ ਵਾਸਤੇ। ਅੱਛਾ, ਮੈਂ ਕਿਹਾ ਵੀ ਖੇਡੋ, ਦਿਖਾਓ ਕਲਾ ਤੁਹਾਡੇ 'ਚ ਕੀ ਹੈਗੀ ਹੈ ਕੀ ਨਹੀਂ। ਉਹ ਜਵਾਕ ਜੇ ਕਿੱਥੇ ਸੁਣਦੇ ਆ, ਫੋਨ ਲੈ ਕੇ ਆ ਜਾਂਦੇ, ਚਾਰ ਇੱਧਰਲੇ ਖੂੰਜੇ 'ਚ ਬਹਿ ਜਾਂਦੇ ਆ, ਚਾਰ ਇੱਧਰਲੇ ਖੂੰਜੇ 'ਚ ਬਹਿ ਜਾਂਦੇ ਆ।
ਅੱਜ ਕੱਲ ਮਾਂ ਪਿਓ ਨਹੀਂ ਸੋਚਦੇ ਹੈਗੇ, ਮਾਂ ਪਿਓ ਨੂੰ ਚਾਹੀਦਾ ਵੀ ਜਵਾਕਾਂ ਨੂੰ ਫੋਨ ਨਾ ਫੜਾਉਣ ਤੇ ਖੇਡਾਂ ਵੱਲ ਲਾਉਣ। ਓਹੀ ਤਾਂ ਗੱਲ ਹੈ, ਘਰਦਿਆਂ ਨੂੰ ਸਮਝਾਉਣਾ ਚਾਹੀਦਾ ਆ ਫੋਨ ਲੈ ਕੇ ਦੇ ਦੇ 50,000 ਦੇ, ਉੱਥੇ ਬਹਿ ਜਾਂਦੇ ਆ ਚਾਰ ਜਵਾਕ ਦੇ ਠੂ 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 ਠੂ, ਉੱਧਰ ਬਹਿ ਜਾਂਦੇ ਆ ਆ ਨਵੀਂ ਗੇਮ ਜੀ ਆਈ ਆ ਪਬਜੀ, ਉਹ 'ਚ ਲੱਗੇ ਰਹਿਣਗੇ, ਆ ਗਰਾਊਂਡ ਨੇ ਤਾਂ ਮੂੰਹ ਨਹੀਂ ਕਰਦੇ। ਨਾ ਤੁਹਾਡੇ ਵਰਗੇ ਡੀਪੀ ਮਾਸਟਰ ਹੁਣ ਫਿਰ ਤਾਂ ਜਵਾਕ ਖੇਡ ਲੈ, ਨਾ ਤੁਹਾਡਾ ਕੋਈ ਇੰਨਾ ਰੋਹਬ ਵੀ ਨਹੀਂ ਹੈਗਾ। ਰੋਹਬ ਵਾਲੀ ਗੱਲ ਨਹੀਂ, ਜੇ ਕਿਸੇ ਜਵਾਕ ਨੂੰ ਕੁੱਟ ਦਿੰਦੇ ਆ ਉਹਦੇ ਮਾਂ ਪਿਓ ਨੂੰ ਸੱਦ ਲਿਆਉਂਦਾ ਵੀ ਇਹਨੇ ਕੁੱਟਿਆ, ਗੱਲ ਨੂੰ ਪੈਂਦੇ ਆ ਜਵਾਕ, ਉਧਰੋਂ ਮਾਂ ਪਿਓ ਸ਼ਾਇਦ ਹੁੰਦੇ ਆ। ਤੁਸੀਂ ਇਹ ਗੱਲ ਨਾ ਆਪਦੀਆਂ ਸਕੂਲ ਵਾਲੀਆਂ ਆਪਦੇ ਕੋਲ ਰੱਖਿਆ ਕਰੋ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ। ਹਾਂ ਦੱਸ, ਤੂੰ ਕਰ ਲੈ ਗੱਲ। ਮੰਮੀ ਦਾ ਫੋਨ ਆਇਆ ਸੀ ਅੱਜ, ਬਾਹਲਾ ਬਿਲਕਦੀ ਸੀਗੀ, ਕਹਿੰਦੀ ਮੇਰਾ ਜੀ ਨਹੀਂ ਲੱਗਦਾ ਮੈਨੂੰ ਇੱਕ ਵਾਰੀ ਆ ਕੇ ਮਿਲ ਜਾ। ਬਿਲਕਣਾ ਹੀ ਆਉਣੇ ਜਦੋਂ ਜਵਾਕਾਂ ਨੇ ਤਾਂ ਹੁਣ ਐਡਾ ਕੰਮ ਕਰਤਾ, ਕੀ ਲੋੜ ਸੀ ਅੱਡ ਹੋਣ ਦੀ। ਹੁਣ ਕੀ ਪਤਾ। ਪਤਾ ਕਿਉਂ ਨਹੀਂ, ਹੁਣ ਤੈਨੂੰ ਤਾਂ ਪਤਾ ਹੀ, ਉਹ ਕੱਲੀ ਕੱਲੀ ਗੱਲ ਦੱਸੀ ਹੋਣੀ ਆ ਬੇਬੇ ਨੇ, ਕਿਉਂ ਲੜਿਆ ਕਾਹਦੇ ਵਾਸਤੇ ਲੜਿਆ। ਨਹੀਂ ਦੱਸੀ, ਜੇ ਪਤਾ ਹੁੰਦਾ ਦੱਸ ਨਾ ਦਿੰਦੀ ਤੁਹਾਨੂੰ, ਤੁਹਾਡੇ ਤੋਂ ਕਾਹਦਾ ਲੁਕੋ ਸੀਗਾ। ਨਾ ਫਿਰ ਹੁਣ ਤੂੰ ਕੀ ਕਰੇਂਗੀ ਉੱਥੇ ਜਾ ਕੇ? ਹੈ ਲੈ ਮੇਰਾ ਪੇਕਾ, ਉਹ ਪੇਕਾ ਤਾਂ ਹੈਗਾ ਗਾ, ਤੈਨੂੰ ਪਤਾ ਬੇਬੇ ਘਰੇ ਹੈ ਨੀ ਗੀ, ਬਾਕੀ ਦੇਖ ਲਾ ਅੱਜ ਕੱਲ੍ਹ ਚੋਰੀਆਂ ਚੱਪਿਆਂ ਦਾ ਟਾਈਮ ਆ, ਮੈਂ ਤਾਂ ਆਪ ਹੁਣ ਸ਼ਾਮ ਨੂੰ ਸਵੇਰੇ ਗਰਾਊਂਡ 'ਚ ਜਾਂਦਾ ਜਵਾਕਾਂ ਨੂੰ ਖੜਾਉਣ ਵਾਸਤੇ। ਫਿਰ ਕੈਮਰੇ ਕਾਹਦੇ ਵਾਸਤੇ ਲਵਾਏ ਆ? ਉਹ ਕੈਮਰੇ ਤਾਂ ਲਵਾਇਆ, ਕੈਮਰੇ ਕੂਮਰੇ ਤਾਂ ਹੀ ਲੱਗੇ ਰਹਿ ਜਾਂਦੇ ਆ, ਸਮਾਨ ਚੱਕ ਕੇ ਲੈ ਜਾਂਦੇ ਆ, ਚੋਰ ਬਾਅਦ ਨਹੀਂ ਕਿਸੇ ਦੀ ਪੁੱਛ ਪੜਤਾਲ ਹੁੰਦੀ। ਪਹਿਲਾਂ ਹੀ 4-5 ਮਹੀਨੇ ਹੋ ਗਏ ਮੈਂ ਜਾ ਕੇ ਨਹੀਂ ਆਈ ਹੈਗੀ। ਉਹ ਜਾ ਤਾਂ ਆਈ, ਫਿਰ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਇਹ ਜਾਣਾ ਤਾਂ ਹੱਥ ਨੂੰ ਮੁੜਿਆ ਹੀ ਜਾ ਵੜ। ਲੈ ਹੁਣ ਇੱਕ ਤਾਂ ਇੰਨੇ ਟਾਈਮ ਬਾਅਦ ਜਾਊਂਗੀ, ਹੁਣ ਹੱਥ ਨੂੰ ਹੀ ਮੁੜਿਆ ਵਾਂ, ਮੈਂ ਤਾਂ 2-4 ਦਿਨ ਲਾ ਕੇ ਆਊਂਗੀ ਜੇ ਗਈ ਤਾਂ। 2-4 ਦਿਨਾਂ ਦਾ ਕਿਵੇਂ ਲੋਟਾਊਗਾ, ਆਪਾਂ ਆਪਣਾ ਘਰ ਵੀ ਦੇਖਣਾ, ਜਦੋਂ ਬੇਬੇ ਹੈ ਨੀ ਗੀ ਰੋਟੀ ਕੌਣ ਬਣਾਊਗਾ? ਬੇਬੇ ਨੂੰ ਕਰ ਦੂੰਗੀ ਮੈਂ ਫੋਨ, ਬੇਬੇ ਆ ਜੂਗੀ। ਤੁਸੀਂ ਛੱਡਿਆ ਨਾ ਮੈਨੂੰ। ਹੁਣ ਤੂੰ ਮੰਨਣਾ ਤਾਂ ਹੈ ਨੀਗਾ, ਨਾ ਉੱਥੇ ਜਾ ਕੇ ਕਰੇਗੀ ਕੀ, ਛੋਟੇ ਨਹੀਂ ਜਾਏਗੀ ਵੱਡਾ ਮੂੰਹ ਬਣਾ ਲੂਗਾ, ਵੱਡੇ ਨਹੀਂ ਜਾਏਗੀ ਛੋਟਾ ਮੂੰਹ ਬਣਾ ਲੂਗਾ। ਕਿਉਂ, ਮੂੰਹ ਕਿਉਂ ਬਣਾਉਣਗੇ, ਆਪਸ ਵਿੱਚ ਲੜਿਆ, ਮੇਰੇ ਨਾਲ ਤਾਂ ਨਹੀਂ ਲੜੇ ਹੈਗੇ, ਮੈਨੂੰ ਤਾਂ ਓਨਾ ਹੀ ਪਿਆਰ ਕਰਦੇ ਜਿੰਨਾ ਪਹਿਲਾਂ ਕਰਦੇ ਸੀਗੇ। ਉਹ ਚੱਲ ਕੋਈ ਨਾ, ਮੈਂ ਤਾਂ ਕਹਿੰਦਾ ਬੱਦਲਬਾਈ ਜੀ ਹੋਈ ਪਈ ਆ, ਕਣੀਆਂ ਡਿੱਗਣ ਲੱਗ ਗਈਆਂ, ਕੀ ਕਰੇਂਗੀ ਜਾ ਕੇ, ਅੱਜ ਦਿਨ ਤੂੰ ਇੱਥੇ ਰਹਿ, ਕੱਲ ਨੂੰ ਜਾ ਆਪਣੀ, ਕੱਲ ਨੂੰ ਨਾਲੇ ਐਤਵਾਰ। ਤੁਸੀਂ ਮੰਨਦੇ ਕਿਉਂ ਨਹੀਂ ਹੁੰਦੇ, ਹਰ ਇੱਕ ਗੱਲ ਤੇ ਅੜੀ ਕਰਕੇ ਬਹਿ ਜਾਂਦੇ ਹੋ। ਮੈਂ ਵੀ ਤੇਰੇ ਨਾਲ ਚੱਲ ਵੜੂੰਗਾ, ਕੱਲ ਨੂੰ ਚੱਲ ਵੜਾਂਗੇ। ਹੁਣ ਤਾਂ ਤੁਸੀਂ ਜਾਓਗੇ ਮੇਰੇ ਨਾਲ, ਗੱਡੀ 'ਚ ਛੱਡਿਆ ਓ। ਚੱਲ ਚੰਗਾ ਜਾ, ਫਿਰ ਮੈਂ ਤਿਆਰ ਹੁੰਦੀ ਹਾਂ। ਹੋ ਜਾ ਤਿਆਰ, ਨਾਲੇ ਬਾਜ਼ਾਰ ਨਾ ਕੱਪੜੇ ਲੈਣੇ ਵੀਡੀਓ ਵਾਸਤੇ। ਕੱਪੜਿਆਂ ਦਾ ਕੀ ਕਰਨਾ, ਉਹ ਜਦੋਂ ਆਪਾਂ ਪਾਠ ਰਖਾਇਆ ਸੀ ਉਦੋਂ ਉਹਨਾਂ ਤੋਂ ਆਇਆ ਨਹੀਂ ਗਿਆ ਸੀ ਨਾ, ਫਿਰ ਮੇਰਾ ਤਾਂ ਹੱਕ ਬਣਦਾ ਹੀ ਨਾ ਕੱਪੜੇ ਲੀੜੇ ਦਾ। ਨਾ ਉਹ ਤਾਂ ਆਪਣੇ ਆਉਂਦੇ ਨੇ, ਤੂੰ ਇੱਥੋਂ ਘਰ ਲਟਾ ਲਟਾ ਕੇ ਉਹਨਾਂ ਨੂੰ ਦੇਈ ਜਾਂਦੀ ਆ। ਇਹ 'ਚ ਘਰ ਲਟਾਉਣ ਵਾਲੀ ਕਿਹੜੀ ਗੱਲ ਆ, ਤੇ ਘਰ ਲਟਾਉਣ ਵਾਲੀ ਗੱਲ ਹੀ ਹੋਗੀ। ਜੇ ਇਹਨਾਂ ਨੇ ਮੈਨੂੰ ਖੁਸ਼ੀ ਮਿਲਦੀ ਆ ਫਿਰ ਤੁਹਾਨੂੰ ਕੀ ਪ੍ਰੋਬਲਮ ਆ, ਨਾਲੇ ਹੱਕ ਬਣਦਾ ਮੇਰਾ, ਮੈਂ ਤਾਂ ਲੈ ਕੇ ਜਾਊਂਗੀ। ਓਏ ਹੱਕ ਤਾਂ ਤੇਰੇ ਭਰਾ ਦਾ ਵੀ ਬਣਦਾ ਸੀਗਾ, ਇੱਕ ਤਾਂ ਆ ਜਾਂਦਾ ਉਰੇ ਜਦੋਂ ਆਪਾਂ ਕਾਰਜ ਰਖਾਇਆ ਸੀਗਾ। ਚੱਲ ਕੋਈ ਨਾ, ਜਦੋਂ ਲੜੇ ਹੋਏ ਸੀਗੇ। ਆਹੋ ਲੜੇ ਹੋਏ ਸੀ, ਮੇਰੇ ਨਾਲ ਤਾਂ ਨਹੀਂ ਲੜੇ ਸੀਗੇ, ਪ੍ਰਾਹੁਣੇ ਦੀ ਬੇਇੱਜ਼ਤੀ ਕਰਦੇ ਆ ਉਹ ਜਾਣ ਕੇ, ਮੈਨੂੰ ਪਤਾ ਹੀ ਆ। ਹੁਣ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਅੱਜ ਆਪਾਂ ਹੁਣ ਚੱਲਦੇ ਹਾਂ। ਚੱਲਦੇ ਹਾਂ, ਮੈਨੂੰ ਤਾਂ ਜਾਣਾ ਹੀ ਪਊਗਾ। ਚਲੋ ਮੈਂ ਤਿਆਰੀ ਕਰਦੀ ਹਾਂ। ਕਰ ਲਾ ਤਿਆਰੀ, ਮੈਂ ਵੀ ਕਰਦਾ ਗੱਡੀ ਜੀ ਸਾਹਿਬ। ਹੱਥ ਨੇ ਜਾਣਾ ਸੀ ਜਵਾਕਾਂ ਨੂੰ ਪੜ੍ਹਾਉਣ, ਇਹ ਕਿੱਥੇ ਪੜ੍ਹਾਉਣ ਦਿੰਦੀ ਆ। ਪਰਮ ਪੁੱਤ ਉਰੇ ਆ, ਗੱਲ ਸੁਣ। ਹਾਂਜੀ ਮੰਮੀ ਜੀ। ਬਹਿ ਜਾ ਪੁੱਤ। ਹਾਂਜੀ ਦੱਸੋ। ਮੈਂ ਤੈਨੂੰ ਐਂ ਕਹਿੰਦੀ ਸੀ ਵੀ ਅੱਜ ਮਨਿੰਦਰ ਨੇ ਤੇ ਮਨਿੰਦਰ ਦੇ ਪ੍ਰਾਹੁਣੇ ਨੇ ਆਉਣਾ। ਉਹਨਾਂ ਨੇ ਆਉਣਾ ਅੱਜ? ਹਾਂ ਪੁੱਤ, ਕਿਉਂ ਵਾਲੀ ਕੀ ਗੱਲ ਹੈ, ਉਹਦੇ ਪੇਕਿਆਂ ਦਾ ਘਰ ਹੈ, ਮਿਲਣ ਆਉਣਗੇ। ਹਾਂਜੀ ਮੰਮੀ ਜੀ, ਆ ਸਕਦੇ। ਮੈਂ ਕਿਹਾ ਵੀ ਅਚਾਨਕ ਹੀ ਇੱਕਦਮ ਤੁਸੀਂ ਦੱਸਤਾ ਨਾ ਤਾਂ ਕਰਕੇ। ਨਹੀਂ ਨਹੀਂ, ਮੈਂ ਫੋਨ ਕੀਤਾ ਸੀ ਉਹਨਾਂ ਨੂੰ, ਮੈਂ ਹੀ ਆਖਿਆ ਸੀ ਵੀ ਤੁਸੀਂ ਮਿਲ ਜਾਓ। ਠੀਕ ਹੈ ਮੰਮੀ ਜੀ, ਤੁਸੀਂ ਦੱਸ ਦਿਓ ਵੀ ਕੀ ਕੀ ਬਣਾਉਣਾ ਫਿਰ ਅੱਜ। ਹਾਂ ਕੋਈ ਸਬਜ਼ੀ ਮੰਗਾ ਲਾ ਕੁਲਦੀਪ ਤੋਂ, ਤੇ ਨਾਲੇ ਕੋਈ ਜੇ ਪ੍ਰਸ਼ਾਦ ਬਣਾਉਣਾ ਪ੍ਰਸ਼ਾਦ ਬਣਾ ਲਈ, ਨਹੀਂ ਖੀਰ ਬਣਾ ਲਈ। ਠੀਕ ਹੈ ਮੰਮੀ ਜੀ, ਤੇ ਹੋਰ ਦੀਦੀ ਹੋਰੇ ਰਹਿਣਗੇ ਅੱਜ ਫਿਰ? ਉਹ ਦੀਦੀ ਤਾਂ ਰਹੂਗੀ ਭਾਈ ਤੇਰੀ, ਤੇ ਆਪਣਾ ਆਕਾਸ਼ ਮੁੜ ਜਾਊਗਾ ਛੱਡ ਕੇ, ਫਿਰ ਉਹਨੇ ਸਵੇਰੇ ਸਕੂਲ ਜਾਣਾ ਨਾ। ਠੀਕ ਹੈ ਮੰਮੀ ਜੀ, ਫਿਰ ਮੈਂ ਤਿਆਰੀ ਕਰ ਲੈਣੀ ਅੱਜ ਸਮਾਨ ਨੂੰ। ਹਾਂ ਤੇ ਨਾਲੇ ਕੁਲਦੀਪ ਨੂੰ ਭੇਜ ਮੇਰੇ ਕੋਲੇ, ਉਹਨੂੰ ਕਹਿ ਦਿਆਂ ਮੈਂ। ਠੀਕ ਹੈ ਮੰਮੀ ਜੀ। ਹਾਂ ਉਹਨੂੰ ਵੀ ਦੱਸ ਦਿਆਂ। ਹਾਂ ਤੇ ਨਾਲੇ ਘੁੱਟਕ ਚਾਹ ਬਣਾ ਲੈ ਮੇਰੇ ਵਾਸਤੇ, ਚੰਗਾ? ਠੀਕ ਹੈ ਮੰਮੀ ਜੀ।
ਮਸਾ ਕੰਮ ਨਿਬੇੜਿਆ ਸੀ, ਹੁਣ ਉਹ ਆਂਦੇ। ਮੰਮੀ ਜੀ ਵੀ ਨਾ ਦੱਸਦੇ ਕਰਦੇ ਹੈ ਨਹੀਂ। ਕੀ ਹੋ ਗਿਆ ਤੈਨੂੰ? ਕੀ ਹੋਣਾ ਸੀ, ਉਹ ਭੈਣ ਹੋਰੀ ਆਂਦੇ ਨੇ। ਤੇ ਭੈਣ ਹੋਰੀ ਆਉਂਦੇ ਫਿਰ ਇਹ ਕਿੱਡਾ ਕ ਮਾੜਾ ਹੋ ਗਿਆ ਕੰਮ? ਚੱਲ ਨਹੀਂ ਮਾੜਾ ਤਾਂ, ਜਾ ਤੁਹਾਡੀ ਮੰਮੀ ਬੁਲਾਈ ਜਾਂਦੇ ਆ। ਮੰਮੀ ਤਾਂ ਬੁਲਾਈ ਜਾਂਦੇ, ਕੋਈ ਨੀ ਵਗ ਜੂਗਾ। ਫਿਰ ਤੂੰ ਐ ਮੂੰਹ ਕਿਉਂ ਬਣਾ ਲਿਆ ਮੈਨੂੰ ਐ ਦੱਸ? ਬਸ ਕੁਛ ਨੀ ਹੋਇਆ। ਤਾਂ ਵੀ ਕੁਛ ਤਾਂ ਹੋਏ ਹੋਊ, ਤੇਰੇ ਕਾਹਦੇ ਸੂਲ ਹੁੰਦਾ ਆਉਂਦੀ ਭੈਣਾ। ਤੈਨੂੰ ਤਾਂ ਵਧੀਆ ਲੱਗਣਾ ਹੀ ਆ, ਮਸਾ ਤਾਂ ਮੈਂ ਸਾਰਾ ਕੰਮ ਨਿਬੇੜਿਆ ਸੀ, ਹੁਣ ਫੇਰ ਸਾਰੇ ਦਿਨ ਰਸੋਈ 'ਚ ਖੱਪਣਾ ਪਊਗਾ ਮੈਨੂੰ। ਉਹ ਫਿਰ ਕੀ ਹੋ ਗਿਆ, ਜੇ ਕੰਮ ਕਰਨਾ ਪਊਗਾ ਰੋਜ਼ ਵਿਹਲੀ ਰਹਿੰਦੀ ਆ, ਮਾੜਾ ਮੋਟਾ ਜੰਗ ਹਿਲਾ ਲੇਂਗੀ ਫਿਰ ਕੀ ਆ? ਜੋ ਰਿਸ਼ਤੇਦਾਰਾਂ ਨੇ ਆਉਣਾ ਉਹ ਤਰ੍ਹਾਂ ਹੀ ਹਾਲ ਹੁੰਦਾ, ਮੂੰਹ ਬਣਾ ਕੇ ਬਹਿ ਜਾਂਦੀ ਆ ਯਾਰ। ਆਉਣਾ ਸੀ ਤਾਂ ਇਕੱਲੀ ਆ ਜਾਂਦੀ, ਉਹ ਨਾਲ ਪਰਾਉਣੇ ਜੀ ਨੂੰ ਚੱਕ ਲਿਓਗੀ, ਰਾਤ ਨੂੰ ਦਾਰੂ ਪੀ ਕੇ ਇੱਥੇ ਤੰਗ ਕਰੀ ਜਾਊਗਾ। ਉਹ ਕੋਈ ਤੰਗ ਨਹੀਂ ਕਰਦਾ, ਲਾ ਲਾਂ ਘੁੱਟ ਮੈਨੂੰ ਵੀ ਵਾਲੇ ਦੇਣੋਗੇ ਲਾਈ ਨੂੰ, ਸਰੀਰ ਜਾ ਸੱਟ ਹੋ ਜੂਗੇ ਇਹਨੇ ਨਾਲ। ਆਹੋ ਤੇਰਾ ਤਾਂ ਹੋਣੀ ਹੈ ਸੈੱਟ, ਤੈਨੂੰ ਤਾਂ ਬਣਨਾ ਚਾਹੀਦਾ ਹਰ ਇੱਕ ਗੱਲ ਦਾ। ਚੱਲ ਕੋਈ ਨਹੀਂ, ਤੂੰ ਆਪਦਾ ਕੰਮ ਕਰ, ਜਿਹੜਾ ਸਮਾਨ ਬਣਾਉਣਾ ਬਣਾ ਦੇ। ਤੁਸੀਂ ਜਾਓ, ਮੰਮੀ ਤੁਹਾਨੂੰ ਬੁਲਾਈ ਜਾਂਦੇ ਆ, ਨਾਲੇ ਪੁੱਛ ਲਿਓ ਵੀ ਕੀ ਸਬਜ਼ੀ ਸੁਬਜ਼ੀ ਲਿਆਉਣੀ ਆ। ਲਿਆਂਦੀ ਨਹੀਂ ਤੁਸੀਂ? ਨਹੀਂ ਲਿਆਂਦੀ। ਚੱਲ ਮੈਂ ਜਾਣਾ ਪੁੱਛਦਾ। ਬੇਬੇ! ਹਾਂ ਪੁੱਤ। ਬੁਲਾਇਆ ਸੀ ਤੁਸੀਂ? ਆਹੋ। ਕੀ ਹੋ ਗਿਆ? ਹੋਣਾ ਤਾਂ ਕੀ ਹੈ, ਮਨਿੰਦਰ ਆਉਂਦੀ ਆ ਮਿਲਣ ਵਾਲੇ ਪਰਾਉਣਾ। ਅੱਛਾ, ਅੱਜ ਹੀ ਹੋਣਗੇ? ਆਹੋ। ਤੇ ਉਹ ਮੈਂ ਪਰਮ ਨੂੰ ਆਖਿਆ ਸੀ, ਮੈਂ ਕਿਹਾ ਭਾਈ ਰੋਟੀ ਰਾਟੀ ਤਿਆਰ ਕਰ ਲਓ। ਰੋਟੀ ਦੱਸ ਦੇ ਫਿਰ ਕੀ ਲੈ ਕੇ ਆਵਾਂ, ਲਿਆਵਾਂਗੇ। ਲਿਆ ਬਸ ਕੋਈ ਮਟਰ ਪਨੀਰ ਬਣਾ ਲਾਂਗੇ। ਅੱਛਾ, ਕੋਈ ਖੀਰ ਚ ਪ੍ਰਸ਼ਾਦ ਬਣਾ ਲਾਂਗੇ। ਪਰਾਉਣਾ ਫਿਰ ਰਹੂਗਾ ਕਿ ਜਾਊਗਾ? ਨਾ ਉਹ ਤਾਂ ਮੁੜੂਗਾ। ਰਹਿ ਪੈ ਦਰੂਗਾ, ਮੀਟ ਮੂਟ ਬਣਾ ਲੈਂਦੇ, ਅੱਜ ਬਾਹਰ ਟਾਈਮ ਹੋ ਗਿਆ ਆਏ ਨੂੰ। ਉਹ ਫਿਰ ਛੁੱਟੀ ਨਹੀਂ ਮਿਲੀ, ਉਹ ਤਾਂ ਮੈਂ ਹੀ ਫੋਨ ਕਰਤਾ, ਮੈਂ ਕਿਹਾ ਚੱਲ ਮਿਲ ਜਾ ਕੇ, ਬਾਹਲਾ ਚਿਰ ਹੋ ਗਿਆ। ਚੱਲ ਵਧੀਆ ਕੀਤਾ ਉਹਦਾ ਤੂੰ। ਉਹ ਫਿਰ ਕਹਿੰਦੀ ਚੱਲ ਮੈਂ ਕਿ ਆ ਜਾਂਦੀ ਹਾਂ, ਮੈਨੂੰ ਛੱਡ ਜੂ, ਛੱਡ ਕੇ ਮੁੜੂਗਾ। ਉਹ ਮੈਨੂੰ ਦੱਸ ਦਿੰਦੀ ਮੈਂ ਲਿਆਉਂਦਾ, ਅੱਜ ਡੱਕ ਤੁਸੀਂ ਕੋਈ। ਚੱਲ ਉਹ ਮਿਲ ਜੂ, ਨਾਲੇ ਕਿੰਨਾ ਚਿਰ ਹੋ ਗਿਆ ਪਰਾਉਣੇ ਨੂੰ ਵੀ ਆਏ ਨੂੰ। ਚੱਲ ਤਾਂ ਗੱਲ ਠੀਕ ਆ, ਨਾਲੇ ਜਮਾਈ ਕੇ ਇੱਧਰ ਹੀ ਰਹੀ, ਉਹ ਗੱਲਾਂ ਛੱਡ ਤੂੰ ਇਹਦਾ, ਇਹਦੇ ਤੇ ਆ। ਐਂ ਕਿਵੇਂ ਕਹਿ ਦਿਆਂ ਪੁੱਤ, ਤੂੰ ਤਾਂ ਕਹਿਤਾ ਮੈਂ ਮਾਂਗੀ, ਮੈਂ ਐਂ ਨਹੀਂ ਕਹਿ ਸਕਦੀ ਆਪਦੇ ਬੱਚਿਆਂ ਨੂੰ ਵੀ ਇੱਕ ਨਾ ਵਰਤੋ ਦੂਜੇ ਨਾਲ ਨਾ ਵਰਤੋ। ਉਹ ਜਦੋਂ ਤੂੰ ਇੱਧਰ ਆ ਬੇਬੇ, ਫਿਰ ਉਹਦਾ ਹੱਕ ਬਣਦਾ ਇੱਧਰ ਹੀ ਰਹਿਣ ਦਾ, ਉੱਧਰ ਜਾ ਵੜਦੀ ਆ ਗੇੜਾ ਦੇ ਕੇ ਉਹ। ਲੈ ਪੁੱਤ ਮੈਂ ਤਾਂ ਹੁਣ ਇੱਕ ਨਾਲ ਹੀ ਰਹਿਣਾ, ਹੁਣ ਮੈਂ ਦੋਨਾਂ ਪਾਸੇ ਥੋੜ੍ਹੀ ਤੁਰੀ ਫਿਰੂੰਗੀ। ਉਹ ਤੂੰ ਤਾਂ ਤੁਰੀ ਫਿਰੇਂਗੀ, ਤੂੰ ਮੇਰੀ ਵੀ ਗੱਲ ਸੁਣ ਲਾ, ਜਾਂ ਤਾਂ ਫਿਰ ਉੱਧਰ ਹੀ ਰਹੇ ਉਹ ਜਦੋਂ ਆਉਂਦੀ ਹੁੰਦੀ ਆ, ਜਾਂ ਇੱਧਰ ਆਉਂਦੀ ਆ ਇੱਧਰ ਰਵੇ ਫਿਰ। ਤੁਸੀਂ ਐਵੇਂ ਨਾ ਕਲੇਸ਼ ਪਾਇਆ ਕਰੋ, ਜੇ ਦੋ ਦਿਨ ਮਿਲਣ ਆਉਂਦੀ ਆ ਕੋਈ ਨਹੀਂ, ਰਾਤ ਇੱਧਰ ਲਾ ਲੂਗੀ, ਉੱਧਰ ਦਿਨੇ ਦਿਨੇ ਜਾ ਵੜਿਆ ਕਰੂਗੀ। ਉਹ ਫਿਰ ਪਰਮ ਰੌਲਾ ਪਾਉਂਦੀ ਆ ਨਾ, ਉਹ ਕਹਿੰਦੀ ਮੁੜ ਕੇ ਕਹਿੰਦੀ ਉੱਧਰ ਤੁਰੀ ਫਿਰਦੀ ਆ, ਕਹਿੰਦੀ ਆ ਇੱਧਰ ਜਾਂਦੀ ਆ ਉਹ। ਨਾ ਪਰਮ ਨੂੰ ਤੂੰ ਸਮਝਾ ਨਹੀਂ ਸਕਦਾ, ਪਰਮ ਰੌਲਾ ਆਪਦਾ ਘਰ ਪੱਟ ਲੈਣਾ ਫਿਰ ਆਹ ਗੱਲਾਂ ਕਰਕੇ। ਆਹੋ, ਫਿਰ ਉਹ ਜਵਾਕੜੀ ਆਈ ਤਾਂ ਤੁਸੀਂ ਕਲੇਸ਼ ਪਾ ਲਿਆ ਕਰੋ, ਇਹ ਦੋ ਦਿਨ ਉਹਨੇ ਮਿਲਣ ਆਉਣਾਗਾ, ਤਾਂ ਹੀ ਤਾਂ ਉਹ ਆਉਂਦੀ ਨਹੀਂ, ਕਹਿੰਦੀ ਮੇਰਾ ਜੀ ਨਹੀਂ ਕਰਦਾਗਾ ਇਹਨਾਂ ਦੇ ਮੂੰਹ ਦੇਖ ਕੇ। ਉਹ ਜਦੋਂ ਫਿਰ ਆਪਣਾ ਅੱਡੋ ਅੱਡੀ ਹੋ ਗਿਆ ਸਿਸਟਮ, ਆਪਣੀ ਵਿਗੜੀ ਗਈ ਉਹਨਾਂ ਨਾਲ ਫਿਰ। ਨਾ ਵਿਗੜਨ ਨੂੰ ਕਿਹੜਾ, ਉਹ ਆਪਣੇ ਸਰੀਕ ਨੇ, ਭਰਾ ਗਾ ਤੇਰਾ, ਫਿਰ ਕੀ ਹੋ ਗਿਆ, ਗੁੱਸੇ ਮਸਾਲੇ ਤਾਂ ਹੋਈ ਜਾਂਦੇ ਆ। ਕਰੀ ਕਾਲੀ ਉਹਨਾਂ ਨੇ ਫਿਰ, ਹੁਣ ਕੀ ਕਰ ਗਏ, ਗੱਲਾਂ ਹੀ ਇਹ ਜੀਆਂ ਕਰੀਆਂ। ਉਹ ਭਾਬੀ ਦੇ ਮਗਰ ਲੱਗਾ ਰਿਹਾ, ਉਹਦਾ ਚੰਗਾ ਸੀ ਵਿਚਾਰਾ। ਚੱਲ ਕੋਈ ਨਾ, ਤੂੰ ਸਬਜ਼ੀ ਸੂਜੀ ਲਿਆ, ਬਾਹਲਾ ਨਾ ਮੇਰਾ ਦਿਮਾਗ ਖਰਾਬ ਕਰ, ਮੇਰਾ ਪਹਿਲਾਂ ਚਿੱਤ ਨਹੀਂ ਠੀਕ। ਤੇ ਸਮਾਨ ਲਿਆ ਆਪਦਾ, ਰੋਟੀ ਪਾਣੀ ਬਣਾ ਲਓ, ਕੋਈ ਨੀ ਦੇਖਾਂਗੇ ਕੇਰਾਂ ਆ ਜਾਣ ਦੇ ਉਹਨੂੰ। ਚੱਲ ਠੀਕ ਆ, ਜਿਵੇਂ ਤੈਨੂੰ ਲੋਟ ਲੱਗਦਾ। ਗੰਦ ਪਾ ਕੇ ਬਹਿ ਜਾਂਦੇ ਹੋ ਪਹਿਲਾਂ, ਤੂੰ ਸੁਣਦੀ ਨਹੀਂ ਮੇਰੀ ਗੱਲ, ਬਾਅਦ ਤੂੰ ਵੀ ਉਸੇ ਤੇ ਆਏਂਗੀ। ਮੈਂ ਤਾਂ ਦੋਨਾਂ ਦੀਆਂ ਹੀ ਸੁਣਦੀ ਆ, ਮੈਨੂੰ ਤਾਂ ਦੋਨੇ ਹੀ ਇੱਕੋ ਜਿਹੇ ਹੋਗੇ। ਬਸ ਠੀਕ ਆ, ਕੋਈ ਨਹੀਂ, ਚੰਗਾ। ਤੁਹਾਡੀ ਵੰਡ ਬਣਾਉਤੀ ਪਿੱਛੇ ਹੋਈ ਆ, ਕੋਈ ਮਾੜਾ ਮੋਟਾ ਗੁੱਸਾ ਮਸਾਲਾ ਹੁਣ ਉਹ ਬਾਹਰ ਤਾਂ ਨਹੀਂ ਬੰਨਣਾਗਾ? ਵੰਡ ਬਣਾਉਤੀ ਪਿੱਛੇ ਨਹੀਂ, ਲੋਕਾਂ ਕੋਲ ਜਿਹੜੀਆਂ ਗੱਲਾਂ ਕਰਦੇ ਉਹ ਚੁੱਭਦੀਆਂ ਨਾ। ਉਹ ਤਾਂ ਪੁੱਤ ਜਦੋਂ ਦੋ ਭਾਂਡੇ ਹੁੰਦੇ ਆ ਖੜਕਦੇ ਹੀ ਹੁੰਦੇ ਆ, ਐਵੇਂ ਨਹੀਂ ਗੁੱਸਾ ਮਸਾਲਾ ਕਰੀਦਾ ਹੁੰਦਾ। ਨਾਲੇ ਜਦੋਂ ਤੁਹਾਡਾ ਤੀਵੀਆਂ ਨੇ ਫਰਕ ਪਵਾਤਾ ਤੇ ਲੋਕਾਂ ਨੇ ਉਦੋਂ ਤੁਹਾਡਾ ਵੱਧ ਪਵਾਤਾ। ਉਹ ਤਾਂ ਗੱਲ ਠੀਕ ਆ, ਉਹ ਛੋਟੀ ਨੇ ਕੰਡੇ ਬੀਜੇ ਆ ਸਾਰੇ, ਹੁਣ ਪਹਿਲਾਂ ਤਾਂ ਇੱਥੇ ਮੂੰਹ ਪਰੇ ਕਰਕੇ ਲੰਘਦੇ ਆ ਸਾਂਝੇ ਦੇ ਕੰਮ ਚੋਂ, ਮੁੜ ਕੇ ਜੋ ਸਹੁਰੀ ਜਾਂਦਾ ਉੱਥੇ ਐਵੇਂ ਨਹੀਂ ਕਹਿੰਦਾ ਹੁੰਦਾ ਦੋ ਸਕੀਆਂ ਭੈਣਾਂ ਲਵੇ ਇਕੱਠੀਆਂ ਅਗਲਾ। ਬੇ ਪੁੱਤ ਮੈਂ ਤਾਂ ਆਈ ਸੀ, ਮੈਂ ਕਿਹਾ ਚੱਲ ਨਾਲੇ ਆਪਾਂ ਨੂੰ ਸੌਖਾ, ਨਾਲੇ ਉਹ ਸਿਆਣੀ ਸੀ ਕੁੜੀ, ਤਾਂ ਕਰਕੇ ਮੈਨੂੰ ਐਂ ਲੱਗਿਆ ਵੀ ਸੋਹਣੀ ਆ ਨਾਲੇ ਸਿਆਣੀ ਆ, ਚੱਲ ਆਪਾਂ ਇੱਕ ਘਰਦੀਆਂ ਲੈ ਲੈਂਦੇ ਹਾਂ। ਕੀ ਪਤਾ ਸੀ ਵੀ ਇੱਥੇ ਕੱਟਣਗੀਆਂ ਨਹੀਂ ਉਹ। ਕੋਈ ਨਹੀਂ, ਅਕਲ ਤਾਂ ਆਜੂਗੀ, ਹਜੇ ਥੋੜ੍ਹਾ ਜਿਹਾ ਹੈਗਾ ਹੱਲ। ਚੱਲ ਕੋਈ ਨਾ, ਕਹਿੰਦੇ ਆ ਗਈ ਨਾ 4 ਰੁਪਏ ਜਦੋਂ ਮੁੱਕ ਗਏ ਉਦੋਂ ਅਕਲ ਆਊ। ਹਾਂ ਕੋਈ ਨਾ ਕੋਈ ਨਾ, ਇਹ ਥੋੜ੍ਹੀ ਜਿਹੀ ਸਮਝਦਾਰ ਹੈ, ਉਹ ਥੋੜ੍ਹੀ ਜਿਹੀ ਨਿਆਣੀ ਆ, ਉਹਨੂੰ ਹਜੇ ਇੰਨੀ ਸੁਰਤ ਨਹੀਂ, ਉਹਨੂੰ ਤਾਂ ਆਇਆ ਵੀ ਅੱਡ ਹੋ ਕੇ ਹੀ ਆ ਪਤਾ ਨਹੀਂ ਕੀ। ਚੱਲ ਲਿਆਉਣਾ ਮੈਂ ਸਮਾਨ। ਹਾਂ ਕੋਈ ਨਾ, ਲਿਆ ਸਮਾਨ। ਆਹੋ ਲੈ ਵੇਖ ਲਾ, ਅੱਡ ਕਾਹਦੇ ਹੋ ਗਏ, ਇਹ ਤਾਂ ਰਿਸ਼ਤੇਦਾਰਾਂ ਨੂੰ ਵੀ ਵੰਡਣ ਲੱਗ ਗਈ। ਇਹ ਜਾ ਗਿਆ ਸਮਾਨ ਦੀ ਚੱਕ ਧਰ ਕਰਦਾ, ਪਸ਼ੂ ਅੰਦਰ ਵੀ ਕਰਦਾ। ਹੈਲੋ, ਸਤਿ ਸ਼੍ਰੀ ਅਕਾਲ ਮਹਿੰਦਰ, ਕਿਵੇਂ ਆ? ਵਧੀਆ ਵੀਰੇ,
ਅੱਛਾ ਉਹ ਪਸ਼ੂ ਤਾਂ ਅੰਦਰ ਕਰਦੇ ਮੀਂਹ ਪਈ ਜਾਂਦਾ ਆ ਜਾ ਅੱਛਾ ਆ ਜਾ ਮੈਨੂੰ ਕੋਈ ਗੱਲ ਨਹੀਂ ਫਿਰ ਕਿਹਦੇ ਚ ਦੱਸਣ ਵਾਲੀ ਗੱਲ ਆ ਮਨ ਦੇ ਅੰਦਰ ਮੇਰੀ ਗੱਲ ਤਾਂ ਸੁਣ ਲਓ ਚੱਲ ਚੱਲ ਆ ਜਾ ਮਨਿੰਦਰ ਠੀਕ ਆ ਕੋਈ ਨਾ ਮੀਂਹ ਪਈ ਜਾਂਦਾ ਪਸ਼ੂ ਅੰਦਰ ਕਰਦੇ ਠੀਕ ਹੈ ਵੀਰੇ ਓਕੇ ਹਾਂ ਤੁਸੀਂ ਪਸ਼ੂ ਅੰਦਰ ਕਰ ਦਿਓ ਮੈਂ ਸਮਾਨ ਦੀ ਚੱਕਤਾਰ ਕਰ ਲਾਂ ਦੇਖ ਲਓ ਸਮਾਨ ਸਾਰਾ ਬਾਹਰ ਪਿਆ ਸਮਾਨ ਤਾਂ ਮੈਂ ਨਾਲ ਚ ਕਦੋਂ ਕਰਾਤਾ ਬੰਨ ਦੇ ਅੰਦਰ ਬਿਮਾਰ ਹੋ ਜੂਗਾ ਪਹਿਲਾਂ ਟੀਕੇ ਲਵਾ ਕੇ ਹਟਿਆ ਤੇ ਮੁੜ ਕੇ ਦੇਖ ਲਾ ਝਾਕੇਗੀ ਦੁੱਧ ਬਿਨਾ ਤੇ ਤੁਸੀਂ ਕਰ ਦੋਂ ਤਾਂ ਕੀ ਹੋ ਜਾਂਦਾ ਫੋਨ ਕੀਦਾ ਸੀਗਾ ਆ ਮਨਿੰਦਰ ਦਾ ਫੋਨ ਸੀਗਾ ਉਹ ਆਉਂਦੀ ਹੈਗੀ ਭੈਣ ਆਉਂਦੀ ਆ ਅੱਛਾ ਇੱਧਰ ਆਊਗੀ ਪਹਿਲਾਂ ਇੱਧਰ ਆ ਜਾ ਉੱਧਰ ਆ ਜਾ ਚਲੇ ਤਾਂ ਕੀ ਗੱਲ ਆ ਫਿਰ ਨਾ ਇਹ ਕੀ ਮਤਲਬ ਹੋਇਆ ਹਰ ਵਾਰ ਉੱਧਰ ਆ ਜਾਂਦੇ ਪਹਿਲਾਂ ਆਪਣਾ ਕੀ ਕਰਦੇ ਦਿਖਦਾ ਉਹਨੂੰ ਉਹ ਐਵੇਂ ਨਹੀਂ ਚੀਕਾਂ ਜਾਂ ਮਾਰੀ ਦਿਖਾਉਂਦੇ ਆ ਉਹਨੇ ਤੁਰਨ ਬੜੇ ਸਭ ਤੋਂ ਪਹਿਲਾਂ ਮੈਨੂੰ ਤਾਂ ਫੋਨ ਕੀਤਾ ਹੋਰ ਦੱਸ ਕੀ ਕਰੇ ਉਹ ਉਹ ਮੈਨੂੰ ਪਤਾ ਹੀ ਹੈ ਕਿਹਨੂੰ ਫੋਨ ਕੀਤਾ ਉਹਨੇ ਪਹਿਲਾਂ ਕਿਹਨੂੰ ਨਹੀਂ ਉਹਨੂੰ ਬਾਲਾ ਮੋਹ ਆਉਂਦਾ ਉਹਨਾਂ ਦਾ ਤਾਂ ਹੀ ਤਾਂ ਉੱਧਰ ਜਾਂਦੀ ਆ ਉਹ ਚੱਲ ਕੋਈ ਨਾ ਕਿਉਂ ਐਵੇਂ ਬਿੰਡੇ ਕੋ ਟੈਂਕੀ ਜਾਂਦੀ ਆ ਜੇ ਉੱਧਰ ਜਾਵੜੂ ਫਿਰ ਕੀ ਹੋ ਜਾਊਗਾ ਦੱਸ ਬਾਅਦ ਚ ਆਪਣੇ ਆ ਜਾਊਗੀ ਉੱਧਰ ਮਾਂ ਗਈ ਤਾਂ ਕਰਕੇ ਜਾਣੀ ਆ ਪਹਿਲਾਂ ਮਾਂ ਨੂੰ ਮਿਲਣਾ ਉਹਨੇ ਬਾਅਦ ਚ ਬੂਚ ਨਹੀਂ ਆਉਣ ਦੀ ਲੋੜ ਨਹੀਂ ਉਹਨੂੰ ਕਹਿ ਦੀ ਬਸ ਉੱਧਰ ਤੇ ਉੱਧਰ ਹੀ ਰਵੇ ਇੱਧਰ ਨਾ ਆਵੇ ਉਹ ਚੱਲ ਕੋਈ ਨਾ ਐ ਨਹੀਂ ਕਰੀਦਾ ਹੁੰਦਾ ਤੂੰ ਪਸ਼ੂ ਟਾਂਡਾ ਜਾਂ ਅੰਦਰ ਕਰਦੇ ਕੰਮ ਧੰਦਾ ਸਾਂਭਲਾ ਮੈਂ ਸਮਾਨ ਸਮੂਨ ਲੈਣਾ ਕੁਝ ਖਾਣ ਮੇਰੇ ਤੋਂ ਨਹੀਂ ਹੁੰਦਾ ਆਪੇ ਕਰ ਲਈ ਹਾਂ ਉਹ ਤੂੰ ਨਾ ਮੈਥੋਂ ਹੂਰੇ ਖਾਣੀ ਮਾਂ ਕਰਾ ਤਾ ਤੈਨੂੰ ਵਾਲੀ ਮੇਰ ਜੀ ਆਉਂਦੇ ਉਹਨੇ ਕਦੇ ਮੈਨੂੰ ਫੋਨ ਕਰਕੇ ਤਾਂ ਪੁੱਛੇ ਤੂੰ ਕਿਵੇਂ ਆ ਕਿਵੇਂ ਨਹੀਂ ਕੋਈ ਨਾ ਘਰੇ ਆ ਜਾਂਦੇ ਕਰ ਲਾਂਗੇ ਬਹਾ ਕੇ ਗੱਲ ਫਿਰ ਤੇਰੇ ਨਾਲ ਸਾਹਮਣੇ ਕਰਾ ਦੂੰਗਾ ਫੇਸ ਟੂ ਫੇਸ ਕਰ ਲਈ ਗੱਲ ਉਹਦਾ ਨਾ ਕੀ ਗੱਲ ਮੈਂ ਤਾਂ ਕੀਤੀਆਂ ਨੇ ਗੱਲਾਂ ਬਸ ਉਹਨੂੰ ਕਹਿ ਦੀ ਜੇ ਆਪਦੇ ਵੱਡੇ ਭਰਾ ਕੋਲ ਜਾਂਦੇ ਤਾਂ ਉੱਧਰ ਹੀ ਰਵੇ ਇੱਧਰ ਆਉਣ ਦੀ ਲੋੜ ਨਹੀਂ ਆ ਹੁਣ ਉਹਨੇ ਫੋਨ ਹੀ ਕੀਤਾ ਸੀ ਹੋਰ ਕੀ ਮਨੀ ਆਰਡਰ ਭੇਜਿਆ ਦੱਸ ਉਹਨੇ ਆਹੋ ਕੀਤਾ ਸੀ ਬਸ ਆਸਾਨ ਕਰਤਾ ਫੋਨ ਵੀ ਉੱਧਰ ਆਉਂਗੀ ਤਾਂ ਐਵੇਂ ਗੱਲਾਂ ਹੋਣਗੇ ਵੀ ਇੱਧਰ ਨਹੀਂ ਆਈ ਤਾਂ ਕਰਤਾ ਤੂੰ ਮੇਰੇ ਨਾਲ ਜਵਾਨ ਆ ਲੜਾ ਵਾਲੀ ਆ ਪਸ਼ੂ ਅੰਦਰ ਕਰਦੇ ਮੈਂ ਤੈਨੂੰ ਵਾਰੀ ਵਾਰੀ ਕਹੀ ਆ ਨਾ ਤੇ ਮੈਂ ਜਾ ਕੇ ਆਉਣਾ ਮੜਾ ਜਾ ਕੰਮ ਆ ਸਮਾਨ ਲੈਉਂਗਾ ਨਾਲੇ ਮਨਿੰਦਰ ਨੂੰ ਆ ਜਾਂਦੇ ਕੀ ਮਨਿੰਦਰ ਨੂੰ ਆ ਜਾਂਦੇ ਜਦੋਂ ਮੈਂ ਕਹੀ ਦਿੱਤਾ ਵੀ ਇੱਧਰ ਆਉਣ ਦੀ ਲੋੜ ਹੀ ਨਹੀਂ ਉਹਨੂੰ ਜਿੰਨਾ ਤੂੰ ਭਰਾ ਨਾ ਉਹਨਾਂ ਹੀ ਉਹ ਭਰਾ ਉੱਧਰ ਵੱਧ ਡੱਕਾ ਸਿੱਟਦੀ ਆ ਉਹ ਚੱਲ ਕੋਈ ਨਹੀਂ ਰਹਿਣ ਦੇ ਤੂੰ ਐਵੇਂ ਗਰਮਣਾ ਹੋ ਵਾਲੀ ਕਿਰਾ ਮਨਿੰਦਰ ਨੂੰ ਆ ਜਾਂਦੇ ਆਪਾਂ ਬਹਿ ਕੇ ਗੱਲ ਕਰ ਲਾਂਗੇ ਉਹਨੂੰ ਕਹਿ ਦਾਂਗੇ ਵੀ ਜੇ ਆਉਣਾ ਹੁੰਦਾ ਸਿੱਧਾ ਸਾਡੇ ਘਰੇ ਆ ਜਾ ਕਰ ਤੇ ਨਹੀਂ ਨਾ ਆਇਆ ਕਰ ਬਸ਼ੱਕ ਹਾਂ ਤੁਹਾਡੀ ਗੱਲ ਸਹੀ ਆ ਕਰਕੇ ਦੇਖ ਲਿਓ ਉਹਨਾਂ ਗੱਲ ਓਏ ਹਾਂ ਤੈਨੂੰ ਕਹੀ ਤਾਂ ਜਾਂਦਾ ਵਾਰੀ ਵਾਰੀ ਇੱਕ ਗੱਲ ਹੀ ਵੀ ਆ ਜਾਂਦੇ ਮਨਿੰਦਰ ਨੂੰ ਕੋਈ ਨਾ ਟਕਾਈ ਨਾ ਬਹਿ ਕੇ ਗੱਲ ਕਰ ਲਾਂਗੇ ਨਾਲੇ ਹਾਂ ਜਦੋਂ ਉਹਨੇ ਪਾਠ ਜਾ ਕੇ ਰਖਾਇਆ ਸੀਗਾ ਉਹਨਾਂ ਨੇ ਉਹ ਤਾਂ ਮੈਨੂੰ ਜਾਣ ਨਹੀਂ ਦਿੱਤਾ ਤੂੰ ਹੈ ਨਾ ਆਪ ਗਈਆਂ ਹੁਣ ਤੈਨੂੰ ਬੜਾ ਹੇਜ ਆਉਣ ਲੱਗਿਆ ਉਹਦਾ ਕੀ ਗੱਲ ਮੇਰੀ ਮਰਜ਼ੀ ਜਾਵਾਂ ਚਾਹੇ ਨਾ ਜਾਵਾਂ ਉਹ ਚੱਲ ਤੂੰ ਮੇਰੇ ਨਾਲ ਬੜੀ ਜਵਾਨ ਨਾਲ ਜਿਹੜਾ ਕੰਮ ਧੰਦਾ ਜਿਹੜਾ ਹੈਗਾ ਕਰ ਲਾਵਾਂ ਸਮਾਨ ਲਿਆਉਣਾ ਨਾਲੇ ਪਸ਼ੂ ਜੇ ਬੰਨਦਾ ਬਿਮਾਰ ਹੋ ਜਾਣਗੇ ਤੈਨੂੰ ਤਾਂ ਬਾਰੇ ਹਮੇਤ ਜੀ ਕਰਦੇ ਕਰ ਲੋ ਅੰਦਰ ਕੀ ਯਾਰ ਇਹਨਾਂ ਦੇ ਵੀ ਗਿੱਚੀ ਪਿੱਛੇ ਹੁੰਦੀ ਆ ਮਤ ਉਹ ਬੇਬੇ ਕੀ ਕਰਦੀ ਫਿਰਦੀ ਆ ਕੁਛ ਨਹੀਂ ਪੁੱਤ ਪਾਣੀ ਪੂਣੀ ਭਰਦੀ ਆ ਕੈਂਪਰ ਚ ਪਾਉਣੀ ਆ ਚਾਹ ਬਣਾ ਲਾ ਚਾਹ ਹੁਣ ਮਨਿੰਦਰ ਨੂੰ ਆ ਜਾਣ ਦੇ ਫੇਰ ਬਣਾਵਾਂਗੇ ਪਰਮ ਨੂੰ ਕਹਦੇ ਬਣਾ ਦੂਗੀ ਸਤਿ ਸ਼੍ਰੀ ਅਕਾਲ ਵੀਰੇ ਆ ਗਏ ਤੁਸੀਂ ਸਤਿ ਸ਼੍ਰੀ ਅਕਾਲ ਆਪਣੇ ਹੋਰ ਠੀਕ ਹੋ ਵੀਰੇ ਵਧੀਆ ਵਧੀਆ ਹੋਰ ਬਾਈ ਜੀ ਠੀਕ ਹੈ ਬਾਈ ਵਧੀਆ ਹੋਰ ਤਕੜੀਆਂ ਸਿਹਤਾਂ ਬਹਿ ਜਾਓ ਆ ਗਏ ਪੁੱਤ ਸਤਿ ਸ਼੍ਰੀ ਅਕਾਲ ਮੰਮੀ ਬੈਠੋ ਬੈਠੋ ਸਤਿ ਸ਼੍ਰੀ ਅਕਾਲ ਹੋਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੁੱਤ ਹੋਰ ਠੀਕ ਠਾਕ ਠੀਕ ਹੋ ਤੁਸੀਂ ਦੱਸੋ ਤਕੜੇ ਹੋ ਹਾਂ ਠੀਕ ਆ ਪੁੱਤ ਵਧੀਆ ਤੁਸੀਂ ਸੁਣਾਓ ਆਪਣਾ ਪਰਿਵਾਰ ਠੀਕ ਹੈ ਹਾਂ ਜੀ ਹਾਂ ਜੀ ਭਾਬੀ ਕਿੱਥੇ ਆ ਇਧਰ ਹੀ ਫਿਰਦੀ ਆ ਰਸੋਈ ਚ ਅਸੀਂ ਤਾਂ ਕਦੋਂ ਦੇ ਡਿੱਕੀ ਜਾਂਦੇ ਆ ਤੁਹਾਨੂੰ ਉਹ ਬਸ ਆਹੀ ਲੇਟ ਹੋ ਗਈ ਤਿਆਰ ਤੁਰ ਹੁੰਦੇ ਕਿਵੇਂ ਬਾਈ ਕੰਮ ਹੋ ਗਿਆ ਜੀ ਕੋਈ ਨਾ ਕੰਮ ਤਾਂ ਕੀ ਸੀ ਮੈਂ ਤਾਂ ਇਹਨੂੰ ਕਿਹਾ ਸੀ ਤੜਕੇ ਜਾ ਵੜਾਂਗੇ ਤੇ ਅੱਜ ਬੱਦਲ ਬਾਈ ਹੈਗੀ ਮੀਂਹ ਮੂਹ ਦਾ ਮੌਸਮ ਹੈ ਕਹਿੰਦੀ ਨਹੀਂ ਨਹੀਂ ਅੱਜ ਹੀ ਜਾਣਾ ਬਾਕੀ ਤੁਸੀਂ ਤਾਂ ਗੱਡੀ ਤੇ ਆਉਣਾ ਮੀਂਹ ਤਾਂ ਕੀ ਹੁੰਦਾ ਚੱਲ ਕੋਈ ਨਾ ਮਿਲ ਗਏ ਵਧੀਆ ਹੋ ਗਿਆ ਆ ਗਏ ਸੱਚੀ ਹੋਰ ਮੰਮੀ ਤੂੰ ਫੋਨ ਕੀਤਾ ਨਾ ਮੈਂ ਤਾਂ ਰਿਹਾ ਹੀ ਨਹੀਂ ਗਿਆ ਜਵਾਂ ਹੀ ਹੋਰ ਪੁੱਤ ਐਂ ਤਾਂ ਹੁੰਦਾ ਹੀ ਹੈ ਫਿਰ ਮਾਵਾਂ ਧੀਆਂ ਦੀ ਗੁਰਬਤ ਹੈ ਐਵੇਂ ਤਾਂ ਨਹੀਂ ਕਿਸੇ ਨੇ ਕਿਹਾ ਵੀ ਧੀ ਬਿਨਾਂ ਤਾਂ ਕੋਈ ਦੁੱਖ ਨਹੀਂ ਸੁਣਦਾ ਜੇ ਧੀ ਹੁੰਦੀ ਆ ਫਿਰ ਮਾਵਾਂ ਦੁੱਖ ਸੁੱਖ ਕਰਦੀਆਂ ਚਾਰ ਇਧਰ ਬਹਿ ਜਾਂਦੇ ਚਾਰ ਉਧਰ ਬਹਿ ਜਾਂਦੇ ਮਸਾ ਖੇੜਾ ਮਾਰ ਕੇ ਉਹਨੂੰ ਗਰਾਊਂਡ ਚ ਭਜਾਈਦਾ ਤੇ ਹੋਰ
ਆਹੀ ਹਾਲ ਹੈ ਭਾਈ ਜਵਾਕਾਂ ਦਾ ਤਾਂ ਬਸ ਨਿੱਕੇ ਨਿੱਕੇ ਨੀ ਮਾਣ ਹੁਣ ਵੱਡਿਆਂ ਨੂੰ ਉਹਨਾਂ ਨੇ ਜੜ ਕਰਤੀ ਬੇਬੇ ਮਾਂ ਪਿਓ ਸ਼ਾਇਦ ਦਿੰਦੇ ਆ ਜੀ ਮਾਂ ਪਿਓ ਸ਼ਾਇਦ ਦਿੰਦੇ ਆ ਇਹ ਲਏ ਤਾਂ ਕੰਮ ਵਾਸਤੇ ਲੋਕਾਂ ਨੇ ਜਵਾਕਾਂ ਨੂੰ ਦੇ ਦੇ ਉਹਨਾਂ ਦੀ ਜੜ ਕੱਢੀ ਪਈ ਆ ਬਸ ਸਾਰਾ ਹਿਸਾਬ ਕਿਤਾਬ ਹੀ ਭਾਈ ਐਵੇਂ ਹੀ ਹੋ ਗਿਆ ਬਸ ਫੋਨਾਂ ਤੇ ਚਰਦੋਂ ਦਲਾ ਕਰਤਾ ਬਾਈ ਉਹੀ ਤਾਂ ਗੱਲ ਹੈ ਬਈ ਜਵਾਕਾਂ ਨੂੰ ਸਮਝਾਈਦਾ ਵੀ ਫਿਜ਼ੀਕਲ ਐਜੂਕੇਸ਼ਨ ਦੀ ਸਿੱਖਿਆ ਲੈ ਲਓ ਤੁਸੀਂ ਵਧੀਆ ਚੰਗੀ ਰਹੂਗੀ ਤੁਹਾਡੇ ਵਾਸਤੇ ਸਿਆਣੀ ਆ ਬਾਈ ਤੁਹਾਡੀ ਗੱਲ ਹਨਾ ਜੇ ਜਵਾਕ ਖੇਡਣ ਕੁੱਦਣਗੇ ਅੱਗੇ ਜਾ ਕੇ ਸਰੀਰ ਤਕੜਾ ਰਹੂ ਤਾਂ ਕੰਮ ਆਊਗਾ ਹੋਰ ਬਈ ਹੋਰ ਭਾਬੀ ਤੁਸੀਂ ਠੀਕ ਰਹਿੰਦੇ ਹੋ ਹਾਂਜੀ ਭੈਣੇ ਵਧੀਆ ਤੁਸੀਂ ਦੱਸੋ ਮੇਰੇ ਭਰਾ ਨੇ ਦਿੱਤੀ ਆ ਰੱਖ ਲੋ ਰੱਖ ਲੋ ਰੱਖ ਲੋ ਮੈਂ ਤਾਂ ਯਾਰ ਰਾਜੀ ਨੀ ਪਾਏਗੀ ਦੇਖ ਲਾ ਪੈਰਾਂ ਚ ਆ ਕੇ ਪੈ ਜਾਂਦੀ ਹੈ ਜਵਾਕਾਂ ਕੀ ਆ ਗੱਲ ਤਾਂ ਬਸ ਉਹੀ ਜਾਂਦੀ ਜਿਹੜੀ ਹੋਣੀ ਆ ਤੁਹਾਨੂੰ ਵੀ ਪਤਾ ਹੀ ਆ ਸਾਰਾ ਮੁੱਦਾ ਕੀ ਬਣ ਗਿਆ ਸੀ ਮੁੱਦਾ ਤਾਂ ਬਾਈ ਆਈ ਬਣ ਜਾਂਦਾ ਬਸ ਘਰਾਂ ਚ ਨਿੱਕੀਆਂ ਨਿੱਕੀਆਂ ਗੱਲਾਂ ਸ਼ਰੀਕੇ ਬਾਜੀਆਂ ਕੰਮ ਪਿੱਛੇ ਫਾਇਦਾ ਨੀ ਦੁੱਖ ਦਿੰਦੀਆਂ ਹੋਰ ਦੱਸ ਅੰਦਰ ਪਈਆ ਫਿਰ ਤਾਂ ਪੁੱਤ ਬਸ ਠੀਕ ਆ ਜਿਵੇਂ ਤੇਰਾ ਚਿੱਤਾ ਔਖਾ ਹੋਈ ਜਾਂਦਾ ਇਹਨਾਂ ਨੂੰ ਵੇਖ ਕੇ ਉਵੇਂ ਮੇਰਾ ਹੋਈ ਜਾਂਦਾ ਮੈਂ ਤੇਰਾ ਤਾਂ ਬਾਲਾ ਹੁੰਦਾ ਤੂੰ ਤਾਂ ਬੈਠੀ ਵੀ ਇਹਨਾਂ ਦੇ ਵਿੱਚ ਆ ਚੱਲ ਮੈਂ ਤਾਂ ਫਿਰ ਵੀ ਬਾਹਰ ਰਹਿੰਦੀ ਹਾਂ ਬਸ ਇੱਕ ਅੱਧਾ ਗੇੜਾ ਮਾਰ ਆਉਂਦੀ ਹਾਂ ਪੁੱਤ ਉੱਧਰ ਉਹਨਾਂ ਨੂੰ ਵੀ ਦੇਖ ਆਉਂਦੀ ਹਾਂ ਪਰ ਫਿਰ ਇਹ ਅੱਖਾਂ ਕੱਢਦੇ ਆ ਜਦੋਂ ਜਾਂਦੀ ਹਾਂ ਫਿਰ ਮੈਨੂੰ ਕਹਿੰਦੇ ਆ ਮੇਰੇ ਤਾਂ ਉਹਨਾਂ ਦੀ ਕਰਦੀ ਹਾਂ ਬੈਠੀ ਇੱਧਰ ਹੈ ਹੁਣ ਮੈਂ ਤਾਂ ਪੁੱਤ ਦੋਨੇ ਪਾਸੇ ਆ ਗਈ ਹੁਣ ਮੈਨੂੰ ਐਂ ਦੱਸ ਵੀ ਕੀ ਕਰਾਂ ਦੇਖ ਲਵਾਂ ਹੈ ਦੋਨੇ ਭਰਾ ਇੱਕ ਦੂਜੇ ਬਿਨਾਂ ਸਾਰਦੇ ਨਹੀਂ ਸੀ ਇੱਕ ਦੂਜੇ ਬਿਨਾਂ ਪੁੱਛ ਗੱਲ ਨਹੀਂ ਕਰਦੇ ਸੀ ਅਤੇ ਹੁਣ ਇੱਕ ਦੂਜੇ ਨੂੰ ਬੁਲਾਉਂਦੇ ਵੀ ਨਹੀਂ ਹੈਗੇ ਬਸ ਤੈਨੂੰ ਪਤਾ ਹੀ ਹੈ ਫਿਰ ਮੈਂ ਤਾਂ ਹੁਣ ਆਈ ਸੋਚਿਆ ਸੀ ਪੁੱਤ ਉਦੋਂ ਵੀ ਚੱਲ ਇੱਕੇ ਘਰ ਦੀਆਂ ਆ ਜਾਣਗੀਆਂ ਰਲ ਕੇ ਰਹਿਣਗੀਆਂ ਚੱਲ ਇਕੱਠੀਆਂ ਰਹਿਣਗੀਆਂ ਕੁਛ ਬਣ ਜੂ ਇਹਨਾਂ ਦਾ ਪਰ ਐਂ ਕੀ ਪਤਾ ਸੀ ਵੀ ਦੋਨੇ ਭੈਣਾਂ ਹੀ ਕਟਾ ਬੈਡ ਹੋ ਹੀ ਜਾਣਗੀਆਂ ਹਜੇ ਵੱਡੀ ਤਾਂ ਫਿਰ ਵੀ ਠੀਕ ਹੈ ਆ ਛੋਟੀ ਬਾਹਲੀ ਅੱਗ ਲਾਉਣੀ ਹੈ ਇਸੇ ਨੇ ਵਿਗਾੜ ਪਾਇਆ ਪੁੱਤ ਵੱਡੀ ਤਾਂ ਪਹਿਲਾਂ ਕਾਹਨੂੰ ਬੋਲਦੀ ਸੀ ਅਤੇ ਹੋਰ ਮੈਂ ਆਪਣਾ ਛੋਟਾ ਐਡਾ ਮੁੰਡਾ ਸਿਆਣਾ ਜਮਾਂ ਨਹੀਂ ਬੋਲਦਾ ਸੀ ਮੈਂ ਦੇਖ ਲਾ ਫਿਰ ਕੀ ਕਰੇ ਪੁੱਤ ਮੈਂ ਅਗਰ ਤਾਂ ਲੱਗਣਾ ਹੀ ਪੈਂਦਾ ਸਗੋਂ ਡਰਦਾ ਸੀਗਾ ਵੱਡੇ ਵੀਰੇ ਤੋਂ ਫਿਰ ਚੁੱਪ ਕਰਕੇ ਲੈ ਕੇ ਪਾਸੇ ਹੋ ਗਿਆ ਹੁਣ ਕੀ ਕਰੇ ਫਿਰ ਜੇ ਲੜਾਈ ਕਰਦਾ ਤਾਂ ਵੀ ਲੋਕ ਹੱਸਦੇ ਆ ਤੇ ਫਿਰ ਮਾਂ ਤੂੰ ਉਧਰ ਕਿਵੇਂ ਦੋ ਦਿਨ ਉਧਰ ਲਾ ਕੇ ਆਉਣੀ ਫਿਰ ਨਾ ਮੈਂ ਤਾਂ ਦਿਨੇ ਦੋਨੇ ਵਗ ਜਾਂਦੀ ਆ ਪੁੱਤ ਰਹਿੰਦੀ ਤਾਂ ਮੈਂ ਇੱਧਰ ਹੀ ਆਂਗੀ ਫਿਰ ਬੋਲਦੀ ਤਾਂ ਹੋਊਗੀ ਛੋਟੀ ਹਾਂ ਇਹ ਤਾਂ ਬੋਲਦੀ ਆ ਬਸ ਬੋਲਦੀ ਬਸ ਤੈਨੂੰ ਪਤਾ ਹੀ ਹੈ ਤਾਂ ਤੇ ਮੈਂ ਤਾਂ ਫਿਰ ਹੁਣ ਆਪਦੇ ਪੁੱਤ ਦੀ ਮਾਰੀ ਜਾਂਦੀ ਆ ਹੋਰ ਕੀ ਕਰਾਂ ਫਿਰ ਮਾਂ ਹੁਣ ਤੂੰ ਵੀ ਕੀ ਕਰੇ ਇਹਨਾਂ ਦਾ ਤੈਨੂੰ ਵੀ ਵੰਡ ਲਿਆ ਹੈਂ ਉਹੀ ਤਾਂ ਗੱਲ ਹੈ ਪੁੱਤ ਤਾਂ ਹੀ ਤਾਂ ਅਗਲਾ ਕਹਿੰਦਾ ਹੁੰਦਾ ਵੀ ਮਾਂ ਪਿਓ ਨੂੰ ਬਾਹਲਾ ਔਖਾ ਹੋ ਜਾਂਦਾ ਜਦੋਂ ਜਵਾਕ ਅੱਡ ਹੋ ਜਾਣ ਨਹੀਂ ਤੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਲੈ ਹੁਣ ਪੁੱਤ ਕਿੱਥੇ ਸਮਝਦੇ ਇਹ ਹੁਣ ਤੇਰੇ ਭਾਅ ਦੀ ਇਹ ਇਕੱਠੇ ਹੋ ਜਾਣਗੇ ਹੁਣ ਨਹੀਂ ਰਲਦੇ ਹੁਣ ਤਾਂ ਇਹਨਾਂ ਦੇ ਮਨਾਂ 'ਚ ਬਾਹਲਾ ਫਰਕ ਪੈ ਗਿਆ ਮਾਂ ਮੈਨੂੰ ਤਾਂ ਕਦੇ ਕਦੇ ਐਂ ਲੱਗਦਾ ਹੁੰਦਾ ਵੀ ਦੋਨੇ ਇਕੱਠੇ ਹੋ ਜਾਣ ਤਾਂ ਕਿੰਨਾ ਵਧੀਆ ਲੈ ਪੁੱਤ ਚਾਹੁੰਦੀ ਤਾਂ ਮੈਂ ਵੀ ਆਈ ਹਾਂ ਪਰ ਹੁਣ ਇਹਨਾਂ ਦਾ ਮੂੰਹ ਇੱਧਰ ਹੈ ਉਹਨਾਂ ਦਾ ਉੱਧਰ ਹੈ ਹੁਣ ਮੈਂ ਸਨ ਵਿਚਾਲੇ ਦੱਸ ਕੀ ਕਰਾਂ ਹੁਣ ਜੇ ਮੈਂ ਬੋਲਦੀ ਹਾਂ
ਤਾਂ ਮੈਨੂੰ ਵੀ ਮਾੜੀ ਕਹਿਣਗੇ। ਬਥੇਰਾ ਇਹਦੇ ਪੇਕੇ ਜ਼ੋਰ ਲਾ ਕੇ ਪਾ ਗਏ। ਇਹਦੀ ਮਾਂ ਨੇ ਵੀ ਸਮਝਾਈਆਂ, ਭਰਾ ਨੇ ਵੀ ਸਮਝਾਈਆਂ, ਪਿਓ ਵੀ ਸਮਝਾ ਕੇ ਗਿਆ, ਪਰ ਇੱਕੇ ਲੈਣ 'ਤੇ ਗਈ। ਉਹ ਤਾਂ ਛੋਟੀ ਤਾਂ ਕਹਿੰਦੀ, ਮੈਂ ਤਾਂ ਕਹਿੰਦੀ ਇਹਦੇ ਨਾਲ ਰਹਿਣਾ ਹੀ ਨਹੀਂ। ਨਾ ਹੁਣ ਇਕੱਲੀ ਰਹਿੰਦੀ ਹੈ, ਇਕੱਲੀ ਸਾਰਾ ਕੰਮ ਕਰਦੀ ਹੈ, ਔਖੀ ਨਹੀਂ ਹੁੰਦੀ? ਇੱਥੇ ਵਧੀਆ ਤਿੰਨ ਜਾਣੀਆਂ ਸੀਗੀਆਂ, ਆਪਦਾ ਰਲ ਮਿਲ ਕੇ ਕੰਮ ਕਰੀ ਜਾਂਦੇ ਸੀ। ਰਲ ਮਿਲ ਕੇ ਤਾਂ ਪੁੱਤ ਵੰਡਿਆ ਆਉਂਦਾ ਸੀ ਨਾਲੇ, ਹੈਂ, ਨਾਲੇ ਹੁਣ ਕਿਸੇ ਪਾਸੇ ਜਾਣ ਜੋਗਰੀਆਂ ਨਹੀਂ ਮਿਲਣਗੇ ਨਾ। ਅੱਗੇ 10 ਦਿਨ ਉਹ ਲਾ ਆਉਂਦੀ ਸੀ, 10 ਦਿਨ ਉਹ ਲਾ ਆਉਂਦੀ ਸੀ, ਜਾਂਦੀਆਂ ਸੀ। ਸਮਝਦੇ ਸਕੀਆਂ ਭੈਣਾਂ, ਫਿਰ ਵੀ ਨਹੀਂ ਬਣਦੀ ਇਹਨਾਂ ਦੀ ਆਪਸ ਵਿੱਚ। ਬਸ ਪੁੱਤ ਪਤਾ ਨਹੀਂ ਕੀ ਕਲਯੁਗ ਹੈ। ਹੁਣ ਸੋਚਿਆ ਤਾਂ ਆਹੀ ਸੀ ਵੀ ਚੱਲ ਰੰਗ ਭਾਗ ਲੱਗਣਗੇ, ਵਧੀਆ ਪਰਿਵਾਰ ਆਪਦਾ, ਵਧੀਆ ਕੰਮ ਚੜੂਗਾ, ਪਰ ਇਹਨਾਂ ਨੇ ਤਾਂ ਮੇਰਾ ਸਾਰਾ ਘਰ ਦਾ ਖੰਡਿਆ ਤਾ। ਨਾਲੇ ਵੱਡੀ ਰਿਸ਼ਤਾ ਵੀ ਤਾਂ ਆਪ ਹੀ ਲੈ ਕੇ ਆਈ ਸੀ ਆਪਣੀ ਭੈਣ ਦਾ, ਫਿਰ ਵਰਤ ਲੈਂਦੀ। ਚੱਲ ਜੇ ਉਹ ਛੋਟੀ ਕੁਛ ਕਹਿੰਦੀ ਆ, ਉਹਦਾ ਸੁਭਾਅ ਨੂੰ ਪਤਾ ਹੀ ਪਹਿਲਾਂ ਤੋਂ ਇਹੋ ਜਿਹਾ ਹੈ, ਇਹ ਨਾ ਬੋਲਦੀ। ਜੇ ਪੁੱਤ ਆਪਣੇ 'ਚ ਕੋਈ ਕਮੀ ਪੇਸ਼ੀ ਹੁੰਦੀ ਨਾ, ਫਿਰ ਉਹ ਛੋਟੀ ਦਾ ਕਰਦੇ ਨਹੀਂ ਸੀ, ਹੈਂ। ਉਹੀ ਤਾਂ ਗੱਲ, ਜੇ ਵੱਡੀ ਸਲਾਉਂਦੀ ਸੀ ਆਪਾਂ ਨੂੰ ਜਾ ਕੇ, ਤਾਂ ਹੀ ਉਹਨਾਂ ਨੇ ਕੀਤਾ ਰਿਸ਼ਤਾ। ਕੋਈ ਨਾ ਮਾਂ, ਮੈਂ ਤਾਂ ਪਹਿਲਾਂ ਵੀ ਗੱਲ ਕੀਤੀ ਸੀ, ਜਦੋਂ ਅੱਡ ਹੁੰਦੇ ਇਹਨਾਂ ਤਾਂ ਮੇਰੀ ਉਦੋਂ ਨਹੀਂ ਸੁਣੀ। ਮੈਨੂੰ ਤਾਂ ਕਹਿੰਦੇ ਤੂੰ ਸਾਡੀ ਗੱਲ ਵਿੱਚੋਂ ਕੀ ਲੈਣਾ, ਕਹਿੰਦੇ ਲੈ। ਫਿਰ ਪੁੱਤ ਆਪਾਂ ਦੇ ਵਿੱਚ ਬੋਲਦੇ ਹਾਂ, ਭੈੜੇ ਵੱਜਦੇ ਹਾਂ। ਫਿਰ ਮੈਂ ਵੀ ਆਈ ਚੁੱਪ ਵੱਟ ਲਈ ਵੀ ਚੱਲ, ਜਿਵੇਂ ਭਾਈ ਤੁਹਾਨੂੰ ਚੰਗਾ ਲੱਗਦਾ, ਆਪਦਾ ਬੰਨੋ ਘਰ ਨੂੰ। ਦੇਖ ਲਵਾਂ, ਤੁਸੀਂ ਦੁਰਾਣੀ ਜਠਾਣੀ ਕਦੇ ਨਹੀਂ ਲੜੀਆਂ ਸੀ, ਕਦੇ ਚੂੰ ਦੀ ਆਵਾਜ਼ ਵੀ ਨਹੀਂ ਪਿੰਡੋਂ ਬਾਹਰ ਗਈ ਸੀਗੀ, ਅਤੇ ਇਹ ਦੋਨਾਂ ਭੈਣਾਂ ਨੇ ਸਾਰੀ ਰਿਸ਼ਤੇਦਾਰੀਆਂ 'ਚ ਜਲੂਸ ਕੱਢਤਾ ਆਪਣਾ। ਸਾਨੂੰ ਤਾਂ ਪੁੱਤ ਤੇਰੇ ਦਾਦੇ ਰਾਹ ਅਤੇ ਤੇਰੀ ਦਾਦੀ ਦਾ ਬੁਲਾਈ ਡਰ ਸੀ, ਅਸੀਂ ਕਿੱਥੇ ਬੋਲਦੀਆਂ ਲੜਦੀਆਂ ਸੀ, ਆ ਹੁਣੀ ਟਾਈਮ ਪਤਾ ਨਹੀਂ ਕਿਹੋ ਜਿਹਾ ਆ ਗਿਆ। ਚੱਲ ਕੋਈ ਨਾ ਮਾਂ, ਤੂੰ ਦੁਖੀ ਨਾ ਹੋ, ਲਫਾਫੇ ਚੱਕ ਲੈ ਚੋੜੇ ਜਿਹੇ।